ਪੰਜਾਬ ਤੋਂ ਕਈ ਵਿਦਿਆਰਥੀ ਆਪਣਾ ਸੁਪਨਾ ਪੂਰਾ ਕਰਨ ਲਈ ਵਿਦੇਸ਼ ਜਾਂਦੇ ਹਨ, ਪਰ ਕਈ ਬੱਚਿਆਂ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਪੰਜਾਬ ਤੋਂ ਪੜ੍ਹਨ ਗਏ ਦੋ ਪੰਜਾਬੀ ਬੱਚਿਆਂ ਦੀ ਕੈਨੇਡਾ 'ਚ ਅਚਾਨਕ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਕੈਨੇਡਾ 'ਚ ਥੰਡਰ ਬੇ ਹਾਈਵੇ 11 'ਤੇ ਘੱਟ ਵਿਜ਼ੀਬਿਲਿਟੀ ਅਤੇ ਸਿੰਗਲ ਲੇਨ ਕਾਰਨ ਵਾਪਰਿਆ। ਉੱਥੇ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਕਰਮਵੀਰ ਸਿੰਘ ਕਾਲੋਂ ਅਤੇ ਗੁਰਪ੍ਰੀਤ ਸਿੰਘ ਜੋਹਲ ਵਜੋਂ ਹੋਈ ਹੈ। ਉੱਥੇ ਮੇਰਾ ਪੁੱਤ ਕਮਾਈ ਵੀ ਗਿਆ ਸੀ, ਮੇਰਾ ਗਰੀਬ ਪੁੱਤ ਕਮਾਈ ਵੀ ਗਿਆ ਸੀ ਉੱਥੇ। ਉੱਥੇ ਪਤਾ ਨੀ ਕੀ ਬਣਿਆ, ਮੈਨੂੰ ਕੋਈ ਦੱਸਦਾ ਨੀ ਖਾ ਕੇ, ਕੋਈ ਐਕਸੀਡੈਂਟ ਹੋ ਗਿਆ ਵਾ। ਕਿੰਨੀ ਦੇਰ ਹੋ ਗਈ ਜੀ ਗਿਆ? ਉਹਦੀ 3 ਸਾਲ ਹੋ ਗਏ। ਪੀਆ ਵਰਕ ਨੂੰ ਮਿਲ ਗਿਆ ਮੇਰੇ ਪੁੱਤ ਨੂੰ। ਠੀਕ ਹੈ ਜੀ, ਹਾਂਜੀ। ਨਾਲੇ ਕਿੰਨੇ ਬੱਚੇ ਤੁਹਾਡੇ ਮਾਤਾ ਜੀ? ਇੱਕ ਆ ਬੇਟੀ ਆ, 5 ਸਾਲ ਪਿਆ ਸੀ ਠੰਡੀ ਆ ਮੇਰੇ ਪੁੱਤ। ਸਭ ਤੋਂ ਛੋਟੇ ਹੀ ਆ ਦੋਨੋਂ? ਛੋਟੇ ਆ। ਤੇ ਕੋਈ ਕਮਾਈ ਦਾ ਸਾਧਨ ਕਰਦਾ ਕੋਈ? ਮਗਰ ਤੁਸੀਂ ਸਰਕਾਰ ਕੋਈ ਮੰਗ ਕਰਦੇ ਜੇ? ਕੀ ਕਰਾਂ, ਮੰਗ ਮੇਰਾ ਪੁੱਛ ਰੱਬ ਲੈ। ਸਾਡਾ ਭਤੀਜਾ ਸੀਗਾ ਗੁਰਪ੍ਰੀਤ ਸਿੰਘ ਗੋਪੀ, ਜੋਹਲ ਕਰਕੇ ਨਾਮ ਵੱਜਦਾ ਸੀ ਕੈਨੇਡਾ 'ਚ। ਠੀਕ ਹੈ। ਉੱਥੇ ਟਰਾਲਾ ਚਲਾਉਂਦਾ ਸੀ। ਠੀਕ ਹੈ। ਅਤੇ ਕੱਲ੍ਹ ਸ਼ਾਮੀ ਸਾਨੂੰ ਪਤਾ ਲੱਗਾ, ਫੋਨ ਆਇਆ ਕਿ ਉਹ ਐਕਸੀਡੈਂਟ ਹੋ ਗਿਆ। ਕਾਹਦੇ ਨਾਲ ਐਕਸੀਡੈਂਟ ਹੋਇਆ? ਦੋ ਟਰੱਕ ਸੀਗੇ ਆਮੋ ਸਾਹਮਣੇ, ਬਲਾਸਟ ਹੋ ਗਿਆ। ਠੀਕ ਹੈ। ਅਤੇ ਕਿੰਨੀ ਦੇਰ ਹੋ ਗਈ ਸੀ ਉਹਨਾਂ ਨੂੰ ਗਿਆ? ਉਹਨਾਂ ਨੂੰ ਗਿਆਨ ਹੋ ਗਏ 3 ਸਾਲ ਅਤੇ 3 ਮਹੀਨੇ। ਸਟੱਡੀ ਬੇਸ 'ਤੇ ਗਏ ਸੀ। ਠੀਕ ਹੈ। ਹੁਣ ਉਹ ਵਰਕ ਪਰਮਿਟ 'ਤੇ ਸੀ। ਠੀਕ ਹੈ। ਅਤੇ ਉਹਨਾਂ ਕੋਈ ਹੋਰ ਆਪਣਾ ਕੋਈ ਨਾਲ ਵੀ ਕੋਈ ਸਾਥੀ? ਹਾਂ, ਨਾਲ ਇੱਕ ਉਹਦਾ ਨਾਮ ਮੁੰਡੇ ਦਾ ਕੀ ਸੀ, ਅਜਨਾਲੇ ਤੋਂ ਸੀਗਾ ਇੱਕ, ਨਾਲ ਕਾਲੋ ਕੀ ਨਾਮ ਸੀ, ਗ੍ਰੰਥਗੜ੍ਹ ਸੀ ਪਿੰਡ, ਉਹਦਾ ਨਾਂ ਸੀ ਕਰਨਪਾਲ ਸਿੰਘ, ਕਰਨਵੀਰ ਸਿੰਘ। ਤੁਸੀਂ ਉਹਨਾਂ ਦੇ ਕੀ ਲੱਗਦੇ? ਮੈਂ ਉਹਨਾਂ ਦਾ ਚਾਚਾ ਜੀ ਦਾ, ਅਤੇ ਮੇਰਾ ਭਤੀਜਾ ਸੀ। ਅਤੇ ਡੈਡ ਬੋਡੀ ਅਜੇ ਆਈ ਜੀ? ਨਹੀਂ, ਡੈਡ ਬੋਡੀ ਨਹੀਂ ਅਜੇ ਆਈ। ਕਿੱਦਾਂ ਦੀ, ਮਤਲਬ ਕੀ ਗਿਆ ਉਹਨਾਂ ਨੇ ਡੈਡ ਬੋਡੀ ਦਾ? ਹੁਣ ਉੱਥੇ ਸਾਡਾ ਇੱਕ ਭਤੀਜਾ ਉੱਥੇ ਤੋਂ ਵੱਡਾ ਰਹਿੰਦਾ, ਉਹ ਗਿਆ ਉਹਦੇ ਪਾਸ। ਉਹ ਕਹਿੰਦਾ ਵੀ ਮੈਂ ਹੁਣ ਅਜੇ ਤੱਕ ਮਿਲਿਆ ਨਹੀਂ ਉਹਨਾਂ ਨੂੰ, ਕੱਲ੍ਹ ਤੱਕ ਦੱਸਣਗੇ ਵੀ ਕੀ ਉਹਨਾਂ ਨੇ। ਕੋਈ ਸਰਕਾਰ ਕੋਲ ਤੁਸੀਂ ਮੰਗ ਕਰਦੇ ਸੀ? ਮੰਗ ਤਾਂ ਸਰਕਾਰ ਕੋਲ ਇਹੀ ਕਰਦੇ ਹਾਂ ਕਿ ਸਾਡੀ ਡੈਡ ਬੋਡੀ ਵਾਸਤੇ ਜਿਹੜਾ ਹੈਗਾ ਉਹ ਕੋਈ ਹੈਲਪ ਕੀਤੀ ਜਾਵੇ, ਸਾਡੀ ਭੇਜੀ ਜਾਵੇ ਉੱਥੋਂ। ਕੀ ਨਾਮ ਤੁਹਾਡਾ? ਮੇਰਾ ਨਾਮ ਪਰਸ਼ੋਤਮ ਸਿੰਘ ਹੈ ਜੀ। ਹਾਂਜੀ ਭਾਈ, ਜਿਹੜੀ ਆ ਡੈਥ ਹੋਈ ਆ ਬਾਹਰਲੇ ਮੁਲਕ ਦੀ, ਕੀ ਲੱਗਦੇ ਸੀ ਤੁਹਾਡੇ? ਮੇਰੇ ਚਾਚਾ ਜੀ ਦਾ ਬੇਟਾ ਜੀ। ਕਿੰਨੀ ਉਮਰ ਸੀ ਇਹਨਾਂ ਦੀ? ਉਹਨਾਂ ਦੀ ਕੱਲ੍ਹ ਜਨਮ ਦਿਨ ਸੀ ਜੀ ਉਹਦਾ। ਤੁਹਾਡੇ ਪਿੰਡ ਦਾ ਮੁੰਡਾ ਕੋਈ ਉਹਦੇ ਨਾਲ ਉਹਦਾ ਟਰਾਲਾ ਵੱਜ ਗਿਆ ਵਾ, ਫਿਰ ਉਹਨਾਂ ਨੂੰ ਮੈਂ ਨਾਮ ਪੁੱਛਿਆ, ਮੈਂ ਤੁਹਾਡਾ ਬੰਦਾ ਕੁੜੀ। ਕੋਈ ਇਹਨਾਂ ਦੇ ਸਾਧਨ, ਕੋਈ ਕਮਾਈ ਦਾ ਸਾਧਨ ਕਿੰਨਾ? ਕਿੰਨੀ ਦੇਰ ਹੋ ਗਈ ਫਾਦਰ ਸਾਹਿਬ ਦੀ ਡੈਥ ਨੂੰ? 5 ਸਾਲ ਦੀ ਡੈਥ ਹੋਈ ਨੂੰ 5 ਸਾਲ।